ਪੰਜਾਬ ਦੇ ਕੋਲ ਅੱਜ ਵੀ ਇੱਕ ਕਾਨੂੰਨੀ ਰਸਤਾ ਹੈਗਾ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਸਮਿਤ SYL ਸਾਰੇ ਝਗੜੇ ਸਮਾਪਤ ਕਰ ਸਕਦੇ ਹਾਂ। ਫੈਡਰਲ ਸਿਸਟਮ ਦੇ ਵਿੱਚ ਕੇਂਦਰ ਅਤੇ ਰਾਜਾਂ ਦੀ ਸ਼ਕਤੀਆਂ ਦੀ ਵੰਡ ਹੈ। ਜਿਹੜੀਆਂ ਰਾਜਾਂ ਦੀਆਂ ਸ਼ਕਤੀਆਂ ਸੀ ਉਹ ਕੇਂਦਰ ਲੈ ਗਿਆ। 1966 ਦੇ ਐਕਟ ਦੀ ਪੁਨਰਗਠਨ ਐਕਟ ਦੀ ਧਾਰਾ 78-79 ਭਾਰਤੀ ਸੰਵਿਧਾਨ ਦੇ 262 ਦਾ ਉਲੰਘਣ ਹੈਗੀ ਹੈ। 1956 ਦੇ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਦੀ ਧਾਰਾ 14 ਉਹ ਗੈਰ ਸੰਵਿਧਾਨਕ ਧਾਰਾਵਾਂ। ਮੈਂ ਇਹਦੇ ਵਿੱਚ ਇਹ ਲਿਖਿਆ ਕਿ ਤੁਸੀਂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਜਿਹੜਾ 2004 ਦੇ ਪਾਣੀਆਂ ਸੰਬੰਧੀ ਸਮਝੌਤਾ ਤੋੜੂ ਐਕਟ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ ਉਹਦੇ ਉੱਤੇ ਰਾਸ਼ਟਰਪਤੀ ਜੀ ਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਤਹਿਤ ਸੁਪਰੀਮ ਕੋਰਟ ਦੇ ਜੱਜਾਂ ਤੋਂ ਰਾਏ ਮੰਗ ਲਈ 4 ਨੁਕਤੇ। ਉਹ 'ਚ ਲਿਖਤਾ 4 ਨੁਕਤਿਆਂ ਦੇ ਵਿੱਚ ਕਿ ਇਹ ਜਿਹੜਾ ਐਕਟ ਆ 2004 ਵਾਲਾ ਸੈਂਟਰਲ ਐਕਟ 1966 ਦੀ 78 ਦਾ ਉਲੰਘਣ ਤਾਂ ਨਹੀਂ ਕਰਦਾ, ਇੰਟਰ ਸਟੇਟ ਵਾਟਰ ਡਿਸਪਿਊਟ ਐਕਟ 56 ਦੀ 14 ਦਾ ਉਲੰਘਣ ਤਾਂ ਨਹੀਂ ਕਰਦਾ। ਮੈਂ ਸਿੰਪਲ ਇਹਦੇ ਵਿੱਚ ਲਿਖਿਆ ਕਿ ਰਾਸ਼ਟਰਪਤੀ ਜੀ ਨੂੰ ਇੱਕ ਨੁਕਤਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤਹਿਤ ਸੁਪਰੀਮ ਕੋਰਟ ਦੇ ਵਿੱਚੋਂ ਸਪਲੀਮੈਂਟਰੀ ਤੌਰ 'ਤੇ ਵਿਧਾਨ ਸਭਾ ਪਾਸ ਕਰਕੇ ਭੇਜੇ ਕਿ ਰਾਸ਼ਟਰਪਤੀ ਜੀ ਇੱਕ ਨੁਕਤੇ 'ਤੇ ਰਾਏ ਹੋਰ ਸੁਪਰੀਮ ਕੋਰਟ 'ਤੇ ਮੰਗੋ ਕਿ 1966 ਦੇ ਪੁਨਰਗਠਨ ਐਕਟ ਦੀ ਧਾਰਾ 78 ਅਤੇ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਦੀ ਧਾਰਾ 14 ਕਿ ਭਾਰਤ ਦੇ ਸੰਵਿਧਾਨ ਦੇ 262 ਆਰਟੀਕਲ ਦਾ ਉਲੰਘਣ ਤਾਂ ਨਹੀਂ। ਲਓ ਸੁਪਰੀਮ ਕੋਰਟ ਦੇ ਜੱਜ ਜਿਹੜੇ ਉਹ ਸੰਵਿਧਾਨ ਦੇ ਅਨੁਸਾਰ ਰਾਏ ਲਿਖ ਕੇ ਭੇਜਣਗੇ। ਅਸੀਂ 100 ਨਹੀਂ 101% ਕੇਸ ਪਾਣੀਆਂ ਸੰਬੰਧੀ ਚਾਹੇ ਉਹ SYL ਹੈ ਚਾਹੇ ਰਾਜਸਥਾਨ ਨੂੰ ਜਾਂਦਾ ਪਾਣੀਆਂ ਦੇ ਚਾਹੇ ਦਿੱਲੀ ਹਰਿਆਣੇ ਵਾਲੇ ਫਰੀ ਦੇ ਵਿੱਚ ਮੁੱਛ ਮਰੋੜ ਕੇ ਪਾਣੀ ਲੈ ਕੇ ਜਾ ਰਹੇ, ਅਸੀਂ ਸਾਰੇ ਦਾ ਸਾਰਾ ਪੰਜਾਬ ਦੇ ਹੱਕ 'ਚ ਕਰ ਸਕਦੇ। ਮੈਂ ਤਾਂ ਸਪੀਕਰ ਸਾਹਿਬ ਨੂੰ ਇੰਨੀ ਗੱਲ ਵੀ ਕਹਿ ਹਾਂ ਵੀ ਸਪੀਕਰ ਸਾਹਿਬ ਜੇ ਤੁਹਾਨੂੰ ਲੱਗਦਾ ਹੋਵੇ ਨਾ ਬੈਂਸ ਦੇ ਕਲਗੀ ਨਾ ਲੱਗ ਜਾਵੇ, ਮੈਨੂੰ ਕਲਗੀ ਦੀ ਲੋੜ ਨਹੀਂ, ਤੁਸੀਂ ਸਰਕਾਰੀ ਤੌਰ 'ਤੇ ਇਹ ਮਤਾ ਲੈ ਕੇ ਆਓ। ਤੁਸੀਂ ਆਪਣੇ ਤੁਹਾਡੇ ਕੋਲ ਵੱਡੇ ਕਾਨੂੰਨੀ ਮਸ਼ੀਰ ਆ ਉਹਨਾਂ ਨਾਲ ਰਾਏ ਕਰ ਲਓ। ਜਿੱਥੇ ਕੋਈ ਕਾਨੂੰਨੀ ਮਸ਼ੀਰ ਤੁਹਾਨੂੰ ਕਹਿੰਦਾ ਹੋਵੇ ਇਹ ਗੱਲ ਨਹੀਂ ਹੋ ਸਕਦੀ, ਤੁਸੀਂ ਉੱਥੇ ਮੈਨੂੰ ਸੱਦ ਸਕਦੇ ਹੋ। ਕਿਉਂਕਿ ਬੜਾ ਸਿੰਪਲ ਤਰੀਕਾ ਹੈਗਾ, ਕਿਉਂ ਸੁਪਰੀਮ ਕੋਰਟ ਦੇ ਦਰਵਾਜ਼ੇ ਸਾਡੇ ਵਾਸਤੇ ਬੰਦ ਹੋ ਚੁੱਕੇ ਆ, ਵਿਧਾਨ ਸਭਾ ਦਾ ਇੱਕੋ ਇੱਕ ਰਸਤਾ ਸਾਡੇ ਕੋਲ ਖੁੱਲ੍ਹਾ। ਸੋ ਮੈਂ ਇਹ ਰਿਕੁਐਸਟ ਸਪੀਕਰ ਸਾਹਿਬ ਨੂੰ ਦੇ ਕੇ ਆਇਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।